ਮਾਲਕ ਦਾ ਬੜਾ ਮੇਰੇ 'ਤੇ ਕਰਮ ਆ, ਰਹਿਮਤ ਆ ਕਿ ਚੜ੍ਹਦੇ ਪੰਜਾਬ 'ਚ ਜਿੰਨੇ ਵੀ ਇਹਨਾਂ ਆਡੀਅੰਸ ਮੈਨੂੰ ਬੜਾ ਪਿਆਰ ਕਰਦੀ, ਬੜਾ ਲਵ ਕਰਦੀ ਹੈ। ਔਰ ਮੇਰਾ ਜਦੋਂ ਵੀਡੀਓ ਮਾਰਕੀਟ 'ਚ ਆਉਂਦਾ ਹੈ, ਸਭ ਤੋਂ ਪਹਿਲਾਂ ਜ਼ਿਆਦਾ ਜਿਹੜੀ ਮਤਲਬ ਕਿ ਲਾਈਕਿੰਗ ਹੁੰਦੀ ਨਾ, ਉਹ ਚੜ੍ਹਦੇ ਪੰਜਾਬ ਤੋਂ ਹੁੰਦੀ। ਉਹ ਕਾਲ ਆਏ ਮੈਨੂੰ ਅੰਬਰ ਭਾਈ ਅੰਬਰਦੀਪ ਦੀ, ਤੋਂ ਮੈਂ ਵੇਖ ਰਿਹਾ ਉਹਨਾਂ ਨੂੰ, ਮੇਰਾ ਬੇਟਾ ਪਿੱਛੇ ਖਲੋਤਾ, ਮੈਨੂੰ ਕਹਿੰਦਾ ਪਾਪਾ ਜੀ ਇਹਨਾਂ ਨਾਲ ਗੱਲ ਕਰੋ, ਇਹ ਲੌਂਗ ਲੈਚੀ ਦੇ ਹੀਰੋ ਨੇ। ਉਹ ਫਿਰ ਅੰਬਰ ਭਾਈ ਨਾਲ ਮੇਰੀ ਗੱਲ ਹੋਈ, ਤੁਸੀਂ ਫਿਲਮ ਕਰਨੀ ਹੈ, ਸਾਡੀਆਂ ਦੋ ਫਿਲਮਾਂ ਜੁਲਾਈ 'ਚ ਜਾਂ ਜੁਲਾਈ ਦੇ ਐਂਡ ਦੇ ਵਿੱਚ ਇਹ ਦੋ ਮੂਵੀਆਂ ਮੈਂ ਅੰਬਰਦੀਪ ਭਾਈ ਜੀ ਕਰਨ ਜਾ ਰਹੇ। ਸੁਹੇਲ ਅਹਿਮਦ ਸਾਹਿਬ ਜਾਂ ਆਫਤਾਬ ਇਕਬਾਲ ਸਾਹਿਬ? ਦੇਖੋ ਜੀ, ਮੈਨੂੰ ਸੁਹੇਲ ਆਫਤਾਬ ਬਹੁਤ ਅੱਛੇ। ਸਾਡੀ ਬੜੀ ਖੁਸ਼ਕਿਸਮਤੀ, ਆਪਣੇ ਬਿਜ਼ੀ ਸਕੈਜੂਅਲ 'ਚ ਉਹਨਾਂ ਨੇ ਆਪਣਾ ਟਾਈਮ ਕੱਢ ਕੇ ਸਾਨੂੰ ਦਿੱਤਾ। ਆਲ ਓਵਰ ਵਰਲਡ ਇਹਨਾਂ ਦੀ ਦੁਨੀਆ ਭਰ ਦੇ ਵਿੱਚ ਫੈਨ ਫੋਲੋਇੰਗ ਆ। ਰਾਣਾ ਇਜਾਜ਼ ਸਾਹਿਬ ਨਾਲ ਤਾਂ ਕੀਤਾ ਹੀ ਕੀਤਾ, ਉਹਨਾਂ ਦੇ ਕਲਿੱਪਾਂ ਨੂੰ ਵੀ ਚਾਰ ਚੰਦ ਜਿਹੜੇ ਇਹਨਾਂ ਨੇ ਲਾਏ, ਔਰ ਆਪਣਾ ਵੀ ਯੂਟਿਊਬ ਚੈਨਲ ਤੁਸੀਂ ਦੇਖਿਆ ਹੋਣਾ, ਦੁਨੀਆ ਭਰ ਦੇ ਵਿੱਚ ਇਹਨਾਂ ਦਾ ਦੇਖਿਆ ਜਾ ਰਿਹਾ। ਅਤੇ ਤਸਲੀਮ ਸਾਹਿਬ, ਹੁਣ ਮੈਂ ਪੁੱਛਣਾ ਚਾਹੁੰਦਾ ਜ਼ਰਾ ਚੜ੍ਹਦੇ ਪੰਜਾਬ ਦੇ ਹਵਾਲੇ ਨਾਲ, ਔਰ ਉਹਨਾਂ ਦੇ ਰਿਲੇਟਿਡ ਜਿੰਨੇ ਦੁਨੀਆ ਭਰ 'ਚ ਤੁਹਾਡੇ ਫੈਨ ਮੌਜੂਦ ਨੇ ਉਹਨਾਂ ਦੇ ਬਾਰੇ, ਕਿ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਫੇਮ, ਮਤਲਬ ਤਾਬੜ ਤੋੜ ਜਿਹਨੂੰ ਕਹਿੰਦਾ ਨਾ, ਛੱਪੜ ਫਾੜ ਕੇ ਫੇਮ ਤਸਲੀਮ ਸਾਹਿਬ ਨੂੰ ਮਿਲਿਆ, ਔਰ ਵੀਡੀਓਜ਼ ਐਸੀਆਂ ਵਾਇਰਲ ਹੋਈਆਂ ਵੀ ਜਿਹੜਾ ਬੰਦਾ ਇੰਨੀਆਂ ਤਾਰੀਫਾਂ ਕਰ ਰਿਹਾ ਨਾ, ਬਾਜ਼ਗਾਤ ਉਹਨਾਂ ਦੀ ਕੋਸ਼ਿਸ਼ ਵੀ ਹੁੰਦੀ ਸੀ ਯਾਰ ਟ੍ਰਾਂਸਲੇਟ ਕਰਕੇ ਨੂੰ ਦੇਖੀਏ ਵੀ ਲੋਕ ਇਹਨੂੰ ਸੁਣ ਕੇ ਇੰਨੇ ਕਹਿ ਕੇ ਲਾ ਕਿਉਂ ਰਹੇ ਨੇ। ਅਤੇ ਤਸਲੀਮ ਸਾਹਿਬ ਕੋਲ ਮੈਂ ਜਾਣਨਾ ਚਾਹਾਂਗਾ, ਚੜ੍ਹਦੇ ਪੰਜਾਬ ਵੱਲੋਂ ਜਿਹੜਾ ਪਿਆਰ ਤੁਹਾਨੂੰ ਮਿਲਿਆ। ਮਾਲਕ ਦਾ ਬੜਾ ਮੇਰੇ 'ਤੇ ਕਰਮ ਆ, ਰਹਿਮਤ ਆ ਕਿ ਚੜ੍ਹਦੇ ਪੰਜਾਬ 'ਚ ਜਿੰਨੇ ਵੀ ਇਹਨਾਂ ਆਡੀਅੰਸ ਮੈਨੂੰ ਬੜਾ ਪਿਆਰ ਕਰਦੀ, ਬੜਾ ਲਵ ਕਰਦੀ ਹੈ। ਔਰ ਮੇਰਾ ਜਦੋਂ ਵੀਡੀਓ ਮਾਰਕੀਟ 'ਚ ਆਉਂਦਾ ਹੈ, ਸਭ ਤੋਂ ਪਹਿਲਾਂ ਜ਼ਿਆਦਾ ਜਿਹੜੀ ਮਤਲਬ ਕਿ ਲਾਈਕਿੰਗ ਹੁੰਦੀ ਨਾ, ਉਹ ਚੜ੍ਹਦੇ ਪੰਜਾਬ ਤੋਂ ਹੁੰਦੀ। ਔਰ ਐਸੀ ਐਸੀ ਦੁਨੀਆ, ਐਸੇ ਐਸੇ ਸਰਦਾਰ ਭਰਾ ਜਿਹੜਾ ਬਹੁਤ ਪਿਆਰ ਕਰਦੇ ਨੇ, ਔਰ ਮੇਰੀਆਂ ਦੁਆਵਾਂ ਮੈਨੂੰ ਅਗਰ ਦੇਖ ਰਹੇ ਆ ਤਾਂ ਮੇਰੀਆਂ ਦੁਆਵਾਂ ਬੜੀਆਂ ਉਹਨਾਂ ਨਾਲ। ਅੱਛਾ, ਤੁਸੀਂ ਐਮੀ ਗਿੱਲ, ਵੱਡੇ ਵੱਡੇ ਸੁਪਰ ਸਟਾਰ ਜਿਹੜੇ ਨੇ ਉਹਨਾਂ ਨਾਲ ਮੁਲਾਕਾਤ? ਹਾਂਜੀ, ਮੈਂ ਮੈਨੂੰ ਫੋਨ ਆਇਆ ਸੀ ਅਤੇ ਮੈਨੂੰ ਕਿਸੇ ਨੇ ਨਾ ਕਿਹਾ ਕਿ ਤੁਹਾਨੂੰ ਮਤਲਬ ਅਸੀਂ ਤੁਹਾਡਾ ਨੰਬਰ ਮੰਗਦੇ ਰਹੇ ਅਤੇ ਤੁਹਾਡਾ ਨੰਬਰ ਨਹੀਂ ਦਿੱਤਾ ਕਿਸੇ ਆਰਟਿਸਟ ਨੇ। ਸਾਡੇ ਆਰਟਿਸਟ ਨਾਲ ਜੀ ਵੀ ਇਹ ਕੰਮ ਆ ਨਾ ਕਿ ਬੰਦਾ ਕਿਤੇ ਅੱਗੇ ਨਾ ਲੰਘ ਜਾਵੇ, ਖੁਦਾ ਨਾ ਖਾਸਤਾ। ਅਤੇ ਜਦੋਂ ਮੇਰੇ ਮਾਲਕ ਨੇ ਅੱਗੇ ਲੰਘਾਉਣਾ ਹੁੰਦਾ ਫਿਰ ਉਹ ਰੋਕੇ ਕੌਣ। ਉਹ ਫਿਰ ਮੈਨੂੰ ਨਾ ਫੋਨ ਆਇਆ ਅਤੇ ਉਹ ਕਹਿੰਦੇ ਜੀ ਅਸਲਾਮ ਵਾਲੇਕੁਮ, ਵਾਲੇਕੁਮ ਸਲਾਮ ਤਸਲੀਮ ਪਾਤਸ਼ਾਹ ਜੀ, ਕਹਿੰਦੇ ਭਾਅ ਜੀ ਨੇ ਤੁਹਾਨੂੰ ਇੰਡੀਆ ਤੋਂ ਫੋਨ ਆ ਰਿਹਾ ਕਿਉਂਕਿ ਅਸੀਂ ਬੜੇ ਫਨਕਾਰਾਂ ਕੋਲ ਤੁਹਾਡਾ ਨੰਬਰ ਮੰਗਿਆ, ਕਿਸੇ ਨੇ ਸਾਨੂੰ ਨੰਬਰ ਨਹੀਂ ਦਿੱਤਾ। ਮੈਂ ਕਿਹਾ ਅਕਸਰ ਐਸਾ ਹੋ ਜਾਂਦਾ। ਅਤੇ ਕਹਿੰਦੇ ਤੁਹਾਨੂੰ ਕਾਲ ਆ ਰਹੀ ਹੈ ਅਤੇ ਜ਼ਰਾ ਕਾਲ ਜ਼ਰਾ ਸੁਣ ਲੈਣਾ। ਅੱਛਾ, ਕਿਹਦੀ ਕਾਲ ਸੀ? ਅਤੇ ਉਹ ਕਾਲ ਆਈ ਮੈਨੂੰ ਅੰਬਰ ਭਾਈ ਅੰਬਰਦੀਪ ਦੀ। ਅੱਛਾ ਅੱਛਾ, ਮੈਂ ਨਾ ਅੰਬਰਦੀਪ ਭਾਈ ਨੂੰ ਨਾ ਮਤਲਬ ਇੰਨੇ ਗੌਰ ਨਾਲ ਨਹੀਂ ਸੀ ਵੇਖਿਆ ਕਿਸੇ ਫਿਲਮ ਦੇ ਵਿੱਚ, ਤੋਂ ਮੈਂ ਵੇਖ ਰਿਹਾ ਉਹਨਾਂ ਨੂੰ ਅਤੇ ਮੈਂ ਗੱਲ ਕਰ ਰਿਹਾ ਜਿਵੇਂ ਆਮ ਗੱਲ ਕਰੀ ਦੀ ਹੈ ਵੀਡੀਓ ਕਾਲ ਦਾ। ਹਾਂਜੀ, ਅਤੇ ਮੇਰਾ ਬੇਟਾ ਪਿੱਛੇ ਖਲੋਤਾ, ਮੈਨੂੰ ਕਹਿੰਦਾ ਪਾਪਾ ਜੀ ਇਹਨਾਂ ਨਾਲ ਗੱਲ ਕਰੋ, ਇਹ ਲੌਂਗ ਲੈਚੀ ਦੇ ਹੀਰੋ ਨੇ। ਲੌਂਗ ਲੈਚੀ ਮੂਵੀ ਦੇ ਵਿੱਚ ਜਿਹੜੇ, ਹਾਂ, ਇਹ ਹੀਰੋ ਨੇ ਮੇਨ, ਇਹਨਾਂ ਨਾਲ ਗੱਲ ਕਰੋ ਜ਼ਰਾ ਅੱਛੇ ਤਰੀਕੇ ਦੇ ਨਾਲ। ਮੈਂ ਜਦੋਂ ਗੌਰ ਨਾਲ ਵੇਖਿਆ ਨਾ, ਮੈਂ ਕਿਹਾ ਯਾਰ ਇਹ ਏਡਾ ਵੱਡਾ ਭਾਈ ਹੈ। ਅਤੇ ਉਹ ਬਸ ਉਹ ਜ਼ਿਹਨ 'ਚ ਨੇ ਨਾ ਮਤਲਬ, ਉਹ ਫਿਰ ਅੰਬਰ ਭਾਈ ਨਾਲ ਮੇਰੀ ਗੱਲ ਹੋਈ, ਉਹਨੇ ਕਿਹਾ ਤਸਲੀਮ ਭਾਈ ਤੁਸੀਂ ਫਿਲਮ ਕਰਨੀ ਹੈ, ਸਾਡੀਆਂ ਦੋ ਫਿਲਮਾਂ ਹੈ, ਅੰਗਰੇਜ਼ ਫਿਲਮ ਉਹਨਾਂ ਨੇ ਲਿਖੀ ਹੈ। ਠੀਕ ਹੈ, ਫਿਰ ਭੱਜੋ ਵੀਰੋ ਬੇਪਨਾਹ ਹੀ ਫਿਲਮਾਂ 'ਚ ਮੂਵੀ 'ਚ ਹੀਰੋ ਆਏ ਨੇ, ਬੜੇ ਕਮਾਲ, ਔਰ ਕਿਆ ਬਾਤ ਹੈ। ਯਾਨੀ ਤੁਹਾਨੂੰ ਆਫਰ ਦਿੱਤੀ ਉਹਨਾਂ ਨੇ? ਸਰ ਉਹਨਾਂ ਨੇ ਮੈਨੂੰ ਕਿਹਾ ਕਿ ਤਸਲੀਮ ਸਾਹਿਬ ਅਸੀਂ ਤੁਹਾਨੂੰ ਬੜਾ ਦੇਖਿਆ, ਤੁਹਾਡੇ ਘੱਟ ਤੋਂ ਘੱਟ ਨਹੀਂ 200-300 ਵੀਡੀਓ ਵੇਖੇ ਅਸੀਂ।
ਅੱਛਾ ਰਾਣੇ ਆਜ਼ਾਦ ਵਾਲੇ ਲੈ ਕੇ ਸਾਡੇ ਤੱਕ ਬੜੇ ਉਹਨਾਂ ਨੇ ਅਮਰ ਭਾਈ ਤੋ ਫਿਰ ਅਮਰ ਭਾਈ ਨਾਲ ਮੇਰਾ ਪਿਆਰ ਹੋ ਗਿਆ ਇੰਨਾ ਕੁ ਪਿਆਰ ਹੋ ਗਿਆ ਕਿ ਉਹਨਾਂ ਦੀ ਮਾਸ਼ਾਅੱਲਾ ਮੈਨੂੰ ਦੋ ਦੋ ਘੰਟੇ ਅਸੀਂ ਗੱਲ ਕਰਦੇ ਰਹਿੰਦੇ ਅਤੇ ਬੜੇ ਲੋਕ ਐਸੇ ਜਿਹੜੇ ਨਹੀਂ ਯਕੀਨ ਕਰਦੇ ਹੁੰਦੇ ਫਿਰ ਉਹਨਾਂ ਨਾਲ ਮੇਰਾ ਪ੍ਰੋਗਰਾਮ ਚੱਲ ਰਿਹਾ ਆਰ ਆਸਾ ਪਾਰ ਆਸਾ ਠੀਕ ਹੈ ਅਮਰਦੀਪ ਸਟੂਡੀਓ ਤੋਂ ਵਾਹ 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 ਉਹਨਾਂ ਦੀਆਂ ਤਿੰਨ ਕਿਸਤਾਂ 'ਤੇ ਚੱਲ ਗਈਆਂ ਅਤੇ ਉਹਨਾਂ ਨਾਲ ਫਿਰ ਮੇਰਾ ਇੰਜ ਦਾ ਪਿਆਰ ਹੋ ਗਿਆ ਇੰਜ ਦੀ ਮੁਹੱਬਤ ਹੋ ਗਈ ਸਹੇਲੀ ਬਣ ਗਈ ਹਾਂਜੀ ਇੰਨਾ ਮੈਂ ਹਸਾਇਆ ਇੱਕ ਦਿਨ ਕਿ ਉਹਨਾਂ ਦੀ ਅੱਖਾਂ 'ਚੋਂ ਪਾਣੀ ਅਤੇ ਮੈਂ ਕਹਿੰਦਾ ਬੇਬੱਸ ਹੋਏ ਇੰਨਾ ਮੈਂ ਹਸਾਇਆ ਇੰਨਾ ਹਸਾਇਆ ਅਤੇ ਉਹਨਾਂ ਨਾਲ ਬੜਾ ਲਵ ਪਿਆਰ ਹੈ ਫਿਰ ਉਸ ਤੋਂ ਇਲਾਵਾ ਬੜੇ ਮਤਲਬ ਉੱਥੇ ਦੀ ਆਡੀਅੰਸ ਇੰਨੀ ਪਿਆਰ ਕਰਦੀ ਇੰਨੀ ਮੁਹੱਬਤ ਕਰਦੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਤੇ ਮੈਂ ਤਾਂ ਉਹ ਆਪਣੀ ਵੀਡੀਓ 'ਚ ਵੀ ਗਾਹੇ ਬਗਾਏ ਉਹਨਾਂ ਨਾਲ ਮੇਰੀ ਹਲੋ ਆਏ ਰਹਿੰਦੀ ਕੋਈ ਕ੍ਰੇਜ਼ੀ ਫੈਨ ਜਿਹੜਾ ਟੱਕਰਿਆ ਹੋਵੇ ਤੁਸੀਂ ਕਹੋ ਯਾਰ ਇੰਨਾ ਦੀਵਾਨਾ ਮੇਰਾ ਕੋਈ ਇੰਜ ਦਾ ਕੋਈ ਕੁੜੀ ਜਾਂ ਮੁੰਡਾ ਕੋਈ ਵੀ ਅਮਰ ਭਾਈ ਬੜਾ ਮੇਰੇ ਨਾਲ ਪਿਆਰ ਕਰਦੇ ਨੇ ਹਾਂ ਉਹ ਬੜੀ ਮੇਰੀ ਗੱਲਾਂ ਦਾ ਮਜ਼ਾ ਲੈਂਦੇ ਨੇ ਉਹ ਕਹਿੰਦੇ ਤਸਲੀਮ ਭਾਈ ਮੈਂ ਅਸੀਂ ਹੈਰਾਨ ਹੋ ਗਏ ਵੀ ਤੁਸੀਂ ਇਕੱਲਾ ਬੰਦਾ ਇੰਨੇ ਰੋਲ ਕਰੀ ਜਾ ਰਿਹਾ ਡਾਕਟਰ ਵੀ ਬਣਿਆ ਆ ਮੈਡੀਕਲ ਸਟੋਰ ਦਾ ਮਾਲਕ ਵੀ ਬਣਿਆ ਆ ਜੁੱਤੀਆਂ ਵੀ ਗੰਢਣ ਵਾਲਾ ਬਣਿਆ ਆ ਠੀਕ ਹੈ ਬੱਕਰੀਆਂ ਚਾਰਨ ਵਾਲਾ ਵੀ ਬਣਿਆ ਇੰਨੇ ਰੋਲ ਤੁਸੀਂ ਕਰ ਗਏ ਅਲੱਗ ਸਾਡੇ ਤਾਂ ਆਮ ਰੂਟੀਨ ਆ ਵੀ ਇੱਥੇ ਬੈਠੀ ਯਾਰ ਤਾਂ ਬਣਾਈ ਮੂਵੀ ਅਤੇ ਨਾ ਅਸੀਂ ਰੱਟਣਾ ਨਾ ਰੱਟਣਾ ਨਾ ਕੋਈ ਗੱਲ ਕਰਨੀ ਨਾ ਅਸੀਂ ਯਾਦ ਕਰਨਾ ਮੇਰਾ ਤਾਂ ਯਾਦ ਵਾਲਾ ਕੰਮ ਹੀ ਨਹੀਂ ਹੈ ਕਿਉਂਕਿ ਮੈਂ ਤਾਂ ਦੋ ਗੱਲਾਂ ਯਾਦ ਕਰ ਲਾ ਤਿੰਨ ਗੱਲਾਂ ਤਾਂ ਮੈਨੂੰ ਉਹ ਵੀ ਭੁੱਲ ਜਾਂਦੀ ਹੈ ਤੁਸੀਂ ਸਿਚੁਏਸ਼ਨ 'ਤੇ ਖੇਡਣ ਵਾਲੇ ਆਦਮੀ ਸਰ ਮੈਂ ਕਹਿੰਦਾ ਕਿ ਮੈਕ ਲਾ ਦਿਓ ਤਾਂ ਜੋ ਆਉਣਾ ਅੱਲਾਹ ਵੱਲੋਂ ਅਤਾ ਮਾਲਕ ਦੀ ਕਿ ਜੋ ਹੋਣਾ ਉਦੋਂ ਹੀ ਹੋਣਾ ਹੈ ਜੇ ਤੁਸੀਂ ਕਹੋਗੇ ਮੈਨੂੰ ਯਾਦ ਕਰਾ ਦਿਓ ਚਾਰ ਜੁਗਤਾਂ ਯਾਦ ਕਰਕੇ ਕਰ ਮੈਨੂੰ ਆਏਗੀ ਉਹ ਫਿਰ ਅੰਬਰ ਭਾਈ ਨਾਲ ਮੇਰਾ ਪਿਆਰ ਬਹੁਤ ਹੋ ਗਿਆ ਹੁਣ ਵੀ ਮਾਸ਼ਾਅੱਲਾ ਪ੍ਰੋਗਰਾਮ ਸਾਡਾ ਚੱਲ ਰਿਹਾ ਆਰ ਆਸਾ ਪਾਰ ਆਸਾ ਮੈਂ ਦੋਵਾਂ ਆਡੀਅੰਸ ਨੂੰ ਕਹਾਂਗਾ ਕਿ ਯਾਰ ਅਮਰਦੀਪ ਸਟੂਡੀਓ ਤੋਂ ਉਹਨਾਂ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਪਿਆਰ ਦਿਓ ਉਹਨਾਂ ਨੂੰ ਇੰਨਾ ਪਿਆਰ ਦਿਓ ਕਿ ਪਤਾ ਲੱਗੇ ਕਿ ਭਾਈ ਜਾਨ ਵਾਕਈ ਲੈਂਦੇ ਪੰਜਾਬ ਵਾਲੇ ਵੀ ਉਨਾ ਹੀ ਚਾਹੁੰਦੇ ਨੇ ਜਿੰਨੇ ਸਰ ਬਹੁਤ ਪਿਆਰ ਕਰਦੇ ਨੇ ਸਰਦਾਰ ਭਾਈ ਜਿਹੜੇ ਨਾ ਮਤਲਬ ਚੜ੍ਹਦੇ ਪੰਜਾਬ ਤੋਂ ਬੜੇ ਪਿਆਰ ਅੱਛਾ ਕੋਈ ਅਪਕਮਿੰਗ ਆਉਣ ਵਾਲਾ ਕੋਈ ਪ੍ਰੋਜੈਕਟ ਹੈ ਜਿਹ 'ਚ ਇਕੱਠੇ ਨਜ਼ਰ ਆਓਗੇ ਕੋਈ ਮੂਵੀ 'ਚ ਹਾਂਜੀ ਅਸੀਂ ਜੁਲਾਈ 'ਚ ਜਾਂ ਜੁਲਾਈ ਦੇ ਐਂਡ ਦੇ ਵਿੱਚ ਜਾਵਾਂਗੇ ਜਾਂ ਉਸ ਤੋਂ ਅਗਲੇ ਮਹੀਨੇ ਲਾਜ਼ਮੀ ਇੰਡੀਆ ਹਾਂਜੀ ਦੋ ਮੂਵੀਆਂ ਮੈਂ ਅਮਰਦੀਪ ਭਾਈ ਜੀ ਕਰਨ ਜਾ ਰਹੇ ਜਯੋਤ ਭਾਈ ਉਹਨਾਂ ਦੇ ਡਾਇਰੈਕਟਰ ਨੇ ਅੱਛਾ ਠੀਕ ਹੈ ਲੈ ਲਓ ਜੀ ਇਹ ਤਾਂ ਬ੍ਰੇਕਿੰਗ ਆ ਜਿਹੜੀ ਅਸੀਂ ਤੁਹਾਨੂੰ ਦੇ ਰਹੇ ਹਾਂ ਸਾਡੇ ਮਾਸ਼ਾਅੱਲਾ ਸੁਪਰ ਸਟਾਰ ਤਸਲੀਮ ਅਬਾਸ ਸਾਹਿਬ ਬਹੁਤ ਜਲਦ ਇੰਡੀਆ ਜਾ ਰਹੇ ਹਾਂਜੀ ਹਾਂਜੀ ਬਕਾਇਦਾ ਉਹਨਾਂ ਨਾਲ ਹਰ ਟੀਮ ਸੈਟਅਪ ਹੋ ਗਿਆ ਹੈ ਅੱਲਾ ਖੈਰ ਕਰੇ ਤੋਂ ਮਹੀਨਾ ਡੇਢ ਮਹੀਨਾ ਫਿਰ ਅਸੀਂ ਬਾਹਰ ਹੀ ਅੱਛਾ ਮੈਨੂੰ ਇਹ ਦੱਸੋ ਜ਼ਰਾ ਮੁਆਵਜ਼ਾ ਬਹੁਤ ਜ਼ਿਆਦਾ ਦਿੰਦੇ ਜਾਂ ਪਾਕਿਸਤਾਨ ਨੂੰ ਬਹੁਤ ਲੱਗਦਾ ਪਾਕਿਸਤਾਨ ਦੇਖੋ ਇਸ ਇੱਥੇ ਤਾਂ ਰੁਪਈਆ ਵੀ ਸਾਨੂੰ ਕਾਫੀ ਦੇਸ਼ 'ਚ ਆਪਣਾ ਹੋਇਆ ਠੀਕ ਹੈ ਅਗਰ ਤਰੱਕੀ ਹੈ ਤਾਂ ਉਹ ਉਹਨਾਂ ਨੇ ਉਦੋਂ ਉਹਨਾਂ ਨਾਲ ਹੋਣੀ ਕਿਉਂਕਿ ਉਹ ਕੰਮ ਵਾਲੇ ਲੋਕ ਨੇ ਅਤੇ ਉਹ ਕਿਸੇ ਦਾ ਹੱਕ ਨਹੀਂ ਰੱਖਦੇ ਕੰਮ ਕੀ ਗੱਲ ਆ ਤਸਲੀਮ ਸਾਹਿਬ ਉੱਥੇ ਦੀ ਸਟੈਂਪ ਜਿਹਨੂੰ ਲੱਗ ਜਾਂਦੀ ਆ ਉਹਦੇ 'ਤੇ ਧੜਾ ਧੜ ਵੀਜ਼ੇ ਵੀ ਲੱਗਦੇ ਆ ਤਰੱਕੀਆਂ ਦੇ ਵੀਜ਼ੇ ਵੀ ਲੱਗਦੇ ਸਰ ਦੋ ਹੀ ਤਾਂ ਕੰਮ ਹੈਗੇ ਦੇਖੋ ਅੰਗਰੇਜ਼ਾਂ ਤੱਕ ਅਸੀਂ ਨਹੀਂ ਪਹੁੰਚ ਸਕਦੇ ਆ ਜਾ ਕੇ ਸਾਡੇ ਕੋਲ ਚੜ੍ਹਦਾ ਪੰਜਾਬ ਆ ਅਤੇ ਅਸੀਂ ਇਹ ਕਿਤੇ ਇਹਦੇ ਵਿੱਚੋਂ ਤੁਸੀਂ ਮਤਲਬ ਲਾਂਘਾ ਨਿਕਲਿਆ ਹੋਵੇ ਅਤੇ ਮੈਂ ਕਹਿੰਦਾ ਤੁਸੀਂ ਦੁਬਾਰਾ ਇੰਡਸਟਰੀ ਸਾਡੀ ਜ਼ਿੰਦਾ ਹੋ ਜਾਏਗੀ ਸਿੱਖ ਭਾਈ ਬੜਾ ਪਿਆਰ ਕਰਦੇ ਹਾਂਜੀ 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 ਐਸੇ ਐਸੇ ਲੋਕ ਨੇ ਉੱਥੇ ਅਗਰ ਇਹ ਇੰਡਸਟਰੀ ਸਾਡੀ ਹੈ ਰਾਹਦਾਰੀ ਖੁੱਲ੍ਹ ਜਾਵੇ ਨਾ ਤਾਂ ਸਾਡੀ ਇੰਡਸਟਰੀ ਜ਼ਿੰਦਾ ਹੋ ਜਾਵੇ ਜੈਸੇ ਜੈਸੇ ਫਨਕਾਰ ਨੇ ਉੱਥੇ ਜੈਸੇ ਜੈਸੇ ਇੱਥੇ ਫਨਕਾਰ ਨੇ ਇਹ ਆਪਸ 'ਚ ਕੰਮ ਕਰਨ ਤਾਂ ਕਦੇ ਵੀ ਦੁਆਲ ਨਾ ਆਵੇ ਇਸ ਕੰਮ 'ਤੇ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਅੱਛਾ ਤਸਲੀਮ ਸਾਹਿਬ ਮੈਨੂੰ ਇਹ ਦੱਸੋ
ਵੀ ਨਵਾਂ ਪ੍ਰੋਜੈਕਟ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ, ਲੰਮੀਆਂ ਲੰਮੀਆਂ ਖੂਬਸੂਰਤ ਤਰੀਨ ਖਵਾਤੀਨ ਤੁਸੀਂ ਦੇਖੀਆਂ ਹੋਣੀਆਂ ਅਕਸਰ, ਸੋਨਮ ਬਾਜਵਾ, ਨੀਰੂ ਬਾਜਵਾ ਹੈ, ਤਾਂ ਜਦੋਂ ਉਹਨਾਂ ਦੇ ਨਾਲ ਪਰਫੋਰਮ ਕਰ, ਮੈਂ ਕਹਿੰਦਾ ਕਿ ਇਹਨਾਂ ਦੇ ਨਾਲ ਦਵਾਈਆਂ ਰਹੀਆਂ, ਮੈਨੂੰ ਯਾਰ ਨਾ ਹੀ ਨਹੀਂ ਯਾਦ ਦਵਾਈਆਂ, ਇਹਨਾਂ ਦੇ ਨਾ ਹੀ ਨਹੀਂ ਮੈਨੂੰ ਯਾਦ ਹੁੰਦੇ, ਮੈਂ ਅੰਦਾਜ਼ੇ ਨੇ ਕਹਿੰਦਾ ਹੁੰਦਾ ਵੀ ਇਹ ਵੀ ਯਾਰ ਅੱਛੀ ਆ, ਉਦੋਂ ਕਹਿਣਾ ਜਦੋਂ ਸਾਹਮਣੇ ਆਉਣ ਜੇ ਉਹਨਾਂ ਨੇ ਸੁਣ ਲਿਆ ਤੇ ਉਹਨਾਂ ਨੇ ਫਿਰ ਮੁੜ ਕੇ ਲਾਮਾ, ਨਹੀਂ ਨਹੀਂ ਮੈਂ ਵੈਸੇ ਗੱਲ ਕਰ ਰਿਹਾ ਵੀ ਉਹ ਨਾ ਬੜੇ ਔਖੇ ਆ ਉਹਨਾਂ ਦੇ, ਨੀਰੂ ਹੈ, ਨੀਰੂ ਇੱਕ ਨੀਰੂ ਉਹ ਵੀ ਹੁੰਦੀ, ਫਿਰ ਤਾਂ ਮੈਨੂੰ ਉਹਨਾਂ ਦਾ ਨਾਂ ਨਹੀਂ ਆਇਆ, ਕੀ ਨਾਂ ਹੈ, ਹੈਪੀ ਗਿਰੇਵਾਲ, ਕੀ ਨਾਂ ਉਹਨਾਂ ਦਾ, ਹੈਪੀ ਗਿੱਪੀ ਗਰੇਵਾਲ, ਆਹੋ ਲੈ ਇਹਦਾ ਨਾਂ ਹੀ ਨਹੀਂ ਮੈਨੂੰ ਆਇਆ, ਲਾ ਜੀ ਗਿੱਪੀ ਗਰੇਵਾਲ ਸਾਹਿਬ ਤੁਹਾਨੂੰ ਚਾਹੁੰਦੇ ਨੇ, ਲੇਕਿਨ ਤੁਹਾਡਾ ਨਾਮ ਇਹਨਾਂ ਦੇ ਮੂੰਹ ਤੇ ਨਹੀਂ ਚੜਦਾ, ਇੱਕ ਆਰਟਿਸਟਿਕ ਸਵੇਰ, ਬੜਾ ਸੋਹਣਾ ਕੰਮ ਕਰਦੇ ਉਹਨਾਂ ਦਾ ਕਲਚਰ, ਉਹਨਾਂ ਦੀ ਲੋਕੇਸ਼ਨਾਂ, ਮੈਂ ਕਹਿੰਦਾ ਅਸੀਂ ਦੇਖਦੇ ਹਾਂ ਅੰਦਰ ਜ਼ਿੰਦਾ ਹੋ ਜਾਂਦਾ ਉਹਨਾਂ ਨੂੰ ਕੰਮ ਦੇਖ, ਲੇਕਿਨ ਖੁਆਇਸ਼ ਹੈ ਉਹਨਾਂ ਨਾਲ ਕੰਮ ਕਰਾਂਗੇ ਔਰ ਮਾਲਕ ਨੇ ਉਹ ਸੁਣ ਲਈ ਹੈ। ਕਿਆ ਬਾਤ ਹੈ। ਅੱਛਾ ਤਸਲੀਮ ਸਾਹਿਬ ਮੈਨੂੰ ਇਸ ਚੀਜ਼ ਦਾ ਜਵਾਬ ਦਿਓ ਕਿ ਰਾਣਾ ਇਜਾਜ਼ ਸਾਹਿਬ ਨਾਲ ਤੁਹਾਡੀ ਪਹਿਲੀ ਮੁਲਾਕਾਤ ਕਿੱਦਾਂ ਹੋਈ, ਕਿੱਦਾਂ ਤੁਹਾਡਾ ਡੂਇਟ ਬਣਿਆ, ਕਿੱਦਾਂ ਤੁਸੀਂ ਇੱਕ ਦੂਜੇ ਨਾਲ ਇਕੱਠਾ ਕੰਮ ਕਰਨਾ ਸ਼ੁਰੂ ਕੀਤਾ, ਯਾਨੀ ਉਸ ਤੋਂ ਬਾਅਦ ਤਾਂ ਐਸੇ ਸੋਸ਼ਲ ਮੀਡੀਆ 'ਤੇ ਹਮਲੇ ਹੋਏ ਆ ਵੀ ਮਿਲੀਅਨ ਵਾਲੀ ਗੇਮ ਹੀ ਛੋਟੀ ਹੋ ਗਈ, ਕੋਈ ਵੀ ਕਲਿੱਪ ਪੈਣਾ ਮਿਲੀਅਨ ਮਿਲੀਅਨ 'ਤੇ, ਇਹ ਰੂਟੀਨ ਦਾ ਕੰਮ ਹੋ ਗਿਆ ਸੀ। ਦੇਖੋ ਜੀ ਜਿਹੜਾ ਇਹ ਟਾਈਮ ਜਾ ਰਿਹਾ ਨਾ, ਇਹ ਵਕਤ ਜਾ ਰਿਹਾ ਹੁਣ ਦਾ, ਜਿਹੜੀ ਮਾਲਕ ਨੇ ਇੱਜ਼ਤ ਦਿੱਤੀ ਹੈ ਜਾਂ ਸ਼ੋਹਰਤ ਦਿੱਤੀ ਹੈ, ਅਤੇ ਮੈਂ ਕਹਿੰਦਾ ਕਿ ਉਹਦੇ ਵਿੱਚ 65% ਜਿਹੜਾ ਹਿੱਸਾ ਨਾ ਉਹ ਰਾਣਾ ਇਜਾਜ਼ ਸਾਹਿਬ, ਦੇਖੋ ਜੀ ਕ੍ਰੈਡਿਟ ਦੇ ਰਹੇ ਨੇ ਰਾਣਾ ਇਜਾਜ਼ ਸਾਹਿਬ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤਸਲੀਮਾਬਾਦ 'ਚ ਇੱਕ ਵਕਤ ਆਉਣਾ ਆ, ਤੂੰ ਬਾਹਰ ਨਿਕਲਣਾ ਆ ਅਤੇ ਤੇਰਾ ਨਿਕਲਣਾ ਮਹਾਲ ਹੋ ਜਾਣਾ। ਮੈਂ ਕਿਹਾ ਰਾਣਾ ਸਾਹਿਬ ਮੇਰੇ 'ਤੇ ਕਰਜ਼ਾ ਚੜ੍ਹ ਜਾਣਾ ਜਾਂ ਮੈਨੂੰ ਸ਼ੋਹਰਤ ਦੇ ਦੇਣੀ, ਕਹਿੰਦੇ ਨਹੀਂ ਤੈਨੂੰ ਦੁਨੀਆ ਪਿਆਰ ਕਰਨ ਲੱਗ ਪਏਗੀ ਇੰਨੀ ਦੂਰ, ਅਤੇ ਉਹ ਜਦੋਂ ਬੰਦੇ ਤਸਵੀਰਾਂ ਸੈਲਫੀਆਂ ਲੈਂਦੇ ਆ ਨਾ, ਤਾਂ ਮੈਨੂੰ ਰਾਣਾ ਸਾਹਿਬ ਦੀ ਗੱਲ ਯਾਦ ਆ ਜਾਂਦੀ, ਯਾਰ ਇਹਨਾਂ ਨੇ ਮੈਨੂੰ ਇੰਝ ਕਿਹਾ ਸੀ। ਲੇਕਿਨ ਕਿਆ ਬਾਤ ਹੈ, ਐਸਾ ਮਹਾਨ ਆਦਮੀ, ਐਸਾ ਵੱਡੇ ਜ਼ਰਫ ਦਾ ਭਾਈ ਨਹੀਂ ਪੈਦਾ ਹੋ ਸਕਦਾ, ਕਿ ਮੇਰੇ ਨਾਲ ਇੰਨਾ ਕੁ ਪਿਆਰ ਸੀ ਕਿ ਮੈਂ ਚੁੱਪ ਖਲੋ ਜਾਣਾ, ਤਾਂ ਉਹਨਾਂ ਨੂੰ ਵਕਤ ਪੈ ਜਾਂਦਾ ਸੀ ਕਿ ਯਾਰ ਕੀ ਗੱਲ ਆ ਤਸਲੀਮ ਬਾਈ, ਤਬੀਅਤ ਠੀਕ ਹੈ ਤੁਹਾਡੀ, ਠੀਕ ਹੈ, ਅਤੇ ਬਹੁਤ ਮੇਰਾ ਖਿਆਲ ਕਰਨਾ, ਇੰਨਾ ਕੁ ਖਿਆਲ ਕਰਦੇ ਹੁੰਦੇ ਸੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਠੀਕ ਹੈ। ਮੈਂ ਕੰਮ 'ਤੇ ਜਦੋਂ ਜਾਣਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਕੁਰਸੀ ਦਿਓ, ਪਾਣੀ ਪਿਲਾਓ, ਬਹੁਤ ਪਿਆਰ ਕਰਦੇ ਤੇ। ਫਿਰ ਰਾਣਾ ਸਾਹਿਬ ਏਜ ਦੇ ਵੀ ਹੋਏ ਆ ਕਿ ਉਹ ਫਿਰ ਮੇਰੇ ਅੱਖਾਂ 'ਚ ਅੱਖਾਂ ਪਾ ਕੇ ਕੰਮ ਨਹੀਂ ਕਰਦੇ ਸੀ, ਉਹ ਆਪ ਕਹਿੰਦੇ ਕਹਿੰਦੇ ਮੇਰਾ ਹਾਸਾ ਹੀ ਨਹੀਂ ਰੁਕਦਾ। ਹਾਂ, ਔਰ ਐਸਾ ਹੋਇਆ ਕਿ ਮੈਂ ਸਿਰਫ ਉਹਨਾਂ ਨੂੰ ਦੇਖਿਆ ਹੀ ਹੈ ਅਤੇ ਰਾਣਾ ਸਾਹਿਬ ਜਾ ਰਿਹਾ, ਠੀਕ ਹੈ, ਫਿਰ ਕਿੰਨੀ ਦੇਰ ਡਿਸਟਰਬ ਰਹੇ ਨੇ, ਅਤੇ ਇਸ ਕਰਕੇ ਨਾ ਮੇਰੀ ਸ਼ੋਹਰਤ ਔਰ ਇਹ ਆਰਟ ਦੀ ਦੁਨੀਆ ਦੇ ਵਿੱਚ ਰਾਣਾ ਸਾਹਿਬ ਨੇ ਮੈਨੂੰ ਬਹੁਤ ਪਿਆਰ ਕੀਤਾ, ਔਰ ਉਹਨਾਂ ਨੇ ਮੈਨੂੰ ਏਡੇ ਏਡੇ ਵੱਡੇ ਬਾਲ ਕਰਵਾਏ ਨੇ ਕਿ ਮੈਂ ਬਾਉਂਡਰੀ ਉਹ ਪਾਰ ਛੱਕੇ ਮਾਰੇ ਨੇ, ਵਾਹ ਵਾਹ ਵਾਹ, ਐਸੀ ਐਸੀ ਗੱਲ ਕੀਤੀ। ਹੁਣ ਵੀ ਤੁਸੀਂ ਵੇਖ ਲਓ ਕਿ ਉਹਨਾਂ ਨਾਲ ਜਿਹੜੇ ਮੇਰੇ ਮਤਲਬ ਵੀਡੀਓ ਹੋਏ ਨੇ ਨਾ, ਉਹ 4 ਮਿਲੀਅਨ 3 ਮਿਲੀਅਨ, ਠੀਕ ਹੈ ਕਿ ਨਹੀਂ, ਇੰਝ ਮੇਰੇ ਵੀਡੀਓ ਗਏ ਉਹਨਾਂ ਨਾਲ, ਬੜੇ ਬੜੇ, ਇਹ ਤਾਂ ਤੁਸੀਂ ਘੱਟ ਦੱਸ ਰਹੇ ਹੋ, ਇਹ ਤੋਂ ਵੀ ਜ਼ਿਆਦਾ ਜ਼ਿਆਦਾ ਵੀ ਬੜੇ, ਹਾਂ ਬੜੇ ਬੜੇ, ਇੱਕ 99 ਲੱਖ 'ਤੇ ਗਿਆ ਹੈ ਇੱਕ ਵੀਡੀਓ, ਹਾਂ ਰਾਣਾ ਸਾਹਿਬ ਦੇ ਨਾਲ, ਵਾਹ ਵਾਹ, ਬੜਾ ਉਹ ਕਾਬਲ ਆਦਮੀ ਸੀ। ਅੱਛਾ ਮੈਂ ਉਹਨਾਂ ਦੇ ਇਹ ਵੇਖਿਆ ਸੀ, ਮੈਂ ਰਾਤ ਨੂੰ ਉਹਨਾਂ ਨੂੰ ਪੁੱਛਣਾ ਕਿ ਰਾਣਾ ਸਾਹਿਬ ਵੀਡੀਓ ਸੁਬਹਾ ਰਿਕਾਰਡਿੰਗ ਹੈ, ਮੈਨੂੰ ਦੱਸ ਦਿਓ ਵੀ ਸੁਬਹਾ ਕੀ ਕਰਨਾ ਹੈ, ਲਓ ਦੱਸੋ, ਤੁਹਾਨੂੰ ਉਸ ਟਾਈਮ ਦੱਸ ਦੇਣਾ ਤਸਲੀਮ ਸਾਹਿਬ ਤੁਹਾਨੂੰ, ਹਾਂ, ਅਤੇ ਐਸਾ ਐਸਾ ਕੰਟੈਂਟ ਉਸ ਬੰਦੇ ਨੇ ਬਣਾਉਣਾ, ਐਸਾ ਐਸਾ ਉਹਨਾਂ ਨੇ ਉਹ ਸਕ੍ਰਿਪਟ ਤਿਆਰ ਕਰਨਾ ਕਿ ਮੈਂ ਆਪ ਹੈਰਾਨ ਹੋ ਜਾਵਾਂ,
ਅਤੇ ਸਿਰਫ ਛੋਟੀ ਜਿਹੀ ਗੱਲ ਦੇਣੀ ਕਿ ਦਲੌਰ ਤਸਲੀਮ ਸਾਹਿਬ ਪਹਿਲੀ ਵੀਡੀਓ ਬਣੀ ਸੀ ਕਿ ਬਕਰਾਈ ਸੀ ਪਹਿਲੀ ਵੀਡੀਓ, ਅਤੇ ਪਹਿਲੀ ਵੀਡੀਓ 'ਚ ਰਾਣਾ ਸਾਹਿਬ ਮੈਨੂੰ ਲੈ ਕੇ ਗਏ ਨੇ, ਮੈਂ ਵਪਾਰੀ ਬਣਿਆ ਅਤੇ ਮੁੰਡਾ ਮੱਖੀ ਮੁਜਾਹਦ ਉਹ ਮੇਰਾ ਸ਼ਗਿਰਦ ਆ। ਅੱਛਾ। ਅਤੇ ਵਿਹੜਾ ਲੈਣ ਆਏ। ਠੀਕ ਹੈ। ਲਓ ਉਹ ਵੀਡੀਓ ਸਾਡਾ ਚੜਿਆ, ਉਸ ਤੋਂ ਬਾਅਦ ਫਿਰ ਵੀਡੀਓ ਦਾ ਨਾਗਾ ਨਹੀਂ ਹੋਇਆ। ਮੈਂ ਘੰਟਾ ਘਰ ਖੜ੍ਹਾ ਅਤੇ ਇੱਕ ਬੰਦਾ ਆਇਆ ਮੇਰਾ ਗੁੱਟ ਫੜ ਕੇ ਲੈ ਗਿਆ, ਮੈਂ ਦੇਣ, ਮੈਂ ਕਿਹਾ ਯਾਰ ਕਿਉਂ, ਮੈਂ ਦੇਣਾ ਲੈਣਾ ਤਾਂ ਨਹੀਂ ਇਹਦਾ। ਹਾਂ, ਮੈਨੂੰ ਇਹ ਯਾਦ ਆ ਗਿਆ, ਐਵੇਂ ਕੋਈ ਪੁਰਾਣਾ ਖਾਤਾ ਕੱਢ ਕੇ ਅਤੇ ਵਿੱਚੋਂ ਮੈਂ ਬਹਾਨੂੰ ਹੋਇਆ, ਮੈਨੂੰ ਲੈ ਕੇ ਗਿਆ ਅਤੇ ਉਹ ਗੱਡੀ ਕੋਲ ਲੈ ਗਿਆ ਅਤੇ ਕਹਿੰਦੇ ਤਸਲੀਮ ਭਾਈ ਇਹ ਮੇਰੀ ਵਾਲਦਾ ਹੈ, ਇਹਨਾਂ ਨੂੰ ਕੈਂਸਰ ਆ। ਠੀਕ ਹੈ। ਅਸੀਂ ਇਹਨਾਂ ਨੂੰ ਲੈ ਕੇ ਫਿਰ ਰਹੇ ਹਾਂ ਅਤੇ ਕਹਿੰਦੇ ਜਦੋਂ ਇਹ ਬੈਠਦੇ ਨੇ ਨਾ ਅਤੇ ਇਹੀ ਕਹਿੰਦੇ ਆ ਕਿ ਉਹ ਮੈਨੂੰ ਲਾ ਕੇ ਦੇ ਉਹਦੀ ਵੀਡੀਓ, ਅਤੇ ਕਹਿੰਦੇ ਤੁਹਾਡੀ ਵੀਡੀਓ ਵੇਖਦੇ ਦੱਸਦੇ, ਇੱਥੋਂ ਤੁਹਾਡੇ ਤੋਂ ਇਲਾਵਾ ਤਫਰੀਹ ਇਹਨਾਂ ਦੀ ਕੋਈ ਨਹੀਂ। ਮੈਂ ਫਿਰ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ, ਬਜ਼ੁਰਗ ਸਨ, ਮੈਂ ਕਿਹਾ ਮਾਂ ਜੀ ਦੁਆ ਖੈਰ ਮੇਰੀ ਸਿਹਤ ਵਾਸਤੇ, ਤੰਦਰੁਸਤੀ, ਬੜੀਆਂ ਦੁਆਵਾਂ ਦਿੱਤੀਆਂ। ਫਿਰ ਫੈਮਲੀਆਂ 'ਚ ਘਰਾਂ 'ਚ ਫੋਟੋ ਲਵਾਉਣ ਡਏ, ਅਗਰ ਇਹ ਤਾਰਫ ਹੋਇਆ ਨਾ ਅਤੇ ਉਹਨਾਂ ਨੇ ਆਜ਼ਾਦ ਸਾਹਿਬ ਦੀ ਵਜ੍ਹਾ ਤੋਂ ਹੋਇਆ, ਕਿਉਂਕਿ ਉਹਨਾਂ ਨੇ ਕੰਮ ਬੜਾ ਸਾਫ਼ ਸੁਥਰਾ ਦਿੱਤਾ ਹੈ। ਇਹੀ ਮੈਂ ਅੱਗੇ ਉਹਨੇ ਨਾ ਸਾਲਾ ਕਹਿਣ ਦਿੱਤਾ ਸਾਨੂੰ, ਨਾ ਉਹਨੇ ਬਗੈਰਤ ਕਹਿਣ ਦਿੱਤਾ ਹੈ, ਨਾ ਉਹਨੇ ਕੋਈ ਐਸਾ ਫਿਕਰਾ ਕਹਿਣ ਦਿੱਤਾ ਹੈ। ਆਪਣੇ ਬੱਚਿਆਂ ਨੂੰ ਅਸੀਂ ਇਹ ਕੀਤਾ, ਅਸੀਂ ਕੀਤਾ, ਲੇਕਿਨ ਇਹ ਮਾਲਕ ਦਾ ਕਰਮ ਆ ਕਿ ਰਾਣਾ ਜਾਤ ਸਾਹਿਬ ਨਾਲ ਕੰਮ ਕੀਤਾ ਤੇ ਪਤਾ ਲੱਗਾ ਕਿ ਯਾਰ ਇਹ ਦੁਨੀਆ ਹੋਰ ਵੀ ਆ, ਕਿਉਂਕਿ ਫੈਮਲੀਆਂ ਮੇਰੇ ਦੇਖ ਰਹੀਆਂ ਸੀ। ਅਤੇ ਤੁਹਾਨੂੰ ਨਹੀਂ ਲੱਗਦਾ ਇਹ ਇੱਕ 2 ਸਾਲ ਜਾਂ 3 ਸਾਲ ਅਤੇ 25 ਸਾਲ ਪਿਛਲੇ? ਸਰ ਇਹ 25 ਸਾਲ ਦਾ ਜਿਹੜਾ ਰਿਜ਼ਲਟ ਆ ਨਾ, ਉਹ ਅਗਰ ਕੋਈ ਅੱਛੇ ਲਫਜ਼ਾਂ 'ਚ ਜਾਂ ਅੱਛੀ ਵੇਅ 'ਚ ਮਿਲਿਆ ਤਾਂ ਸਾਨੂੰ ਇਹੀ ਮਿਲਿਆ ਹੈ ਸੋਸ਼ਲ ਮੀਡੀਆ ਤੋਂ। ਅਗਰ ਸੋਸ਼ਲ ਮੀਡੀਆ ਨਾ ਆਉਂਦਾ ਤਾਂ ਅਸੀਂ ਉਨੇ ਕੁ ਕੰਮ ਦੇ ਵਿੱਚ ਹੀ ਮਰ ਖੱਪ ਜਾਣਾ ਸੀ। ਵਾਹ 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 ਵਾਹ, ਠੀਕ ਹੈ ਨਾ ਜੀ। ਸਾਨੂੰ ਰਾਣਾ ਜਾਤ ਸਾਹਿਬ ਦੀ ਕੋਈ ਮਾੜੀ ਗੱਲ ਵੀ ਸਾਨੂੰ ਦੱਸੋ, ਕੋਈ ਚੰਗੀਆਂ ਤਾਂ ਇੰਨੀਆਂ ਦੱਸੀਆਂ ਤੁਸੀਂ, ਹੁੰਦਾ ਨਾ ਕੋਈ ਗੁੱਸਾ ਕਰ ਜਾਂਦਾ, ਕੋਈ ਲੇਟ ਆਉਂਦਾ, ਕੋਈ ਇੱਦਾਂ ਦੀ ਕੋਈ ਇੱਕ ਅੱਧੀ ਮਾੜੀ? ਸਰ ਉਹਦੀ ਉਹਨਾਂ ਦੀ ਮਾੜੀ ਵੀ ਜਿਹੜੀ ਆ ਉਹ ਵੀ ਇੰਜੋਏ ਵਾਲੀ ਹੁੰਦੀ ਆ, ਸੁਣ ਵਾਲੀ ਹੁੰਦੀ। ਪਹਿਲੀ ਗੱਲ ਤਾਂ ਉਸ ਬੰਦੇ ਨੂੰ ਗੁੱਸਾ ਹੀ ਨਹੀਂ ਆਉਂਦਾ। ਹਾਂ, ਠੀਕ ਹੈ, ਜੋ ਮਰਜ਼ੀ ਕਹੇ। ਹਾਂ, ਜੇ ਗੁੱਸਾ ਆ ਜਾਵੇ ਤਾਂ ਉਹਨੇ ਤੁਹਾਨੂੰ ਗੁੱਸੇ ਦੇ ਵਿੱਚ ਭਾਜੀ ਕਹੀ ਜਾਣਾ, ਤੁਸੀਂ ਕਹੀ ਜਾਣਾ, ਤੁਸੀਂ ਅੰਦਰੋਂ ਅੰਦਰੀ ਅਗਲੇ ਬੰਦੇ ਨੇ ਡੁੱਬ ਡੁੱਬ ਮਰੀ ਜਾਣਾ, ਉਹਨੇ ਭਾਜੀ ਕਹਿਣ ਤੋਂ ਨਹੀਂ ਹਟਣਾ, ਤੁਸੀਂ ਕਹਿਣ ਤੋਂ ਨਹੀਂ ਹਟਣਾ। ਉਹ 'ਚ ਐਸਾ ਕੋਈ ਹੈ ਹੀ ਨਹੀਂ ਗੱਲ ਕਿ ਕਿਸੇ ਨੂੰ ਬਦਤਮੀਜ਼ੀ ਨਾ ਬੁਲਾ। ਇਹਦੇ ਨਾਲ ਆਰਟਿਸਟ ਹੁੰਦਾ ਹੈ ਮੇਰਾ, ਬੜਾ ਪਿਆਰਾ ਭਰਾ ਹੈ ਫਲਕ ਸ਼ੇਰ, ਅਤੇ ਚੰਦ ਲਫ਼ਜ਼ ਉਹਦੇ ਲਈ, ਤਾਂ ਤੁਸੀਂ ਦੱਸੋ ਕੈਸਾ ਆਰਟਿਸਟ ਹੈ ਉਹ? ਕੀ ਫਲਕ ਸ਼ੇਰ ਆਰਟਿਸਟ ਬਹੁਤ ਅੱਛਾ ਹੈ, ਲੇਕਿਨ ਉਹਨੂੰ ਗਾਈਡ ਕਰਨ ਵਾਲੇ ਲੋਕ ਅੱਛੇ ਨਹੀਂ ਹੈ। ਫਿਰ ਜਿਸ ਸੁਸਾਇਟੀ 'ਚ ਰਹਿੰਦਾ ਆ, ਉਹ ਸੁਸਾਇਟੀ ਜਿਹੜੀ ਹੈ ਨਾ, ਉਹਦੇ ਕੰਮ ਦੀ, ਉਹਦੇ ਅਕਲ ਦੀ, ਉਹਦੇ ਉਹਦੇ ਨੌਲੇਜ ਦੀ ਨਹੀਂ ਹੈ, ਮੁਸ਼ਾਬਤ ਨਹੀਂ ਰੱਖਦੀ, ਨਹੀਂ ਰੱਖਦੀ। ਆਰਟਿਸਟ ਬਹੁਤ ਅੱਛਾ ਹੈ, ਬੜੀ ਬਰੀਕ ਗੱਲ ਕਰਦਾ ਹੈ, ਠੀਕ ਹੈ ਕਿ ਨਹੀਂ, ਲੇਕਿਨ ਉਹ ਗੈਦਰਿੰਗ ਉਹਦੀ ਉਹ ਨਹੀਂ ਹੈ ਕਿ ਜਿਹੜੀ ਉਹ ਗੱਲ ਕਰਦਾ ਉਂਝ ਦੀ ਬਰੀਕ ਗੈਦਰਿੰਗ ਹੋਵੇ, ਉਂਝ ਦੇ ਬਰੀਕ ਪ੍ਰੋਡਿਊਸਰ ਹੋਣ, ਉਂਝ ਦੇ ਬਰੀਕ ਡਾਇਰੈਕਟਰ ਹੋਣ, ਜਿਹੜੇ ਉਹਨੂੰ ਕੋਈ ਉਸ ਹਿਸਾਬ ਦੇ ਨਾਲ ਰੱਖਣ, ਲੋਕ ਸਮਝਣ। ਹਾਂਜੀ ਹਾਂਜੀ, ਮੈਂ ਉਹਨੂੰ, ਮੇਰੇ ਨਾਲ ਕੰਮ ਕੀਤਾ ਉਹਨੇ ਮੇਰੇ ਚੈਨਲ 'ਤੇ, ਤੁਹਾਨੂੰ ਉਸਤਾਦ ਮੰਨਦਾ ਹੈ? ਹਾਂਜੀ, ਨਹੀਂ ਨਹੀਂ ਬਹੁਤ ਅਦਬ ਕਰਦਾ, ਵੈਸੇ ਵੀ ਅਦਬ ਗੋ ਹੈ। ਮੇਰੇ ਚੈਨਲ 'ਤੇ ਉਹਨੇ ਕੰਮ ਕੀਤਾ ਅਤੇ ਮੈਂ ਉਹਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਯਾਰ ਜਿਹੜਾ ਕਾਮੇਡੀ ਹੁੰਦਾ ਨਾ, ਮਸਾਈਆ ਫਨਕਾਰ ਹੁੰਦਾ, ਕੋਈ ਜ਼ਰੂਰੀ ਨਹੀਂ ਜੁਗਤ ਕਰੇ ਤਾਂ ਉਹ ਮਸਾਈਆ ਹੈ, ਉਹਦੇ ਮੂੰਹ ਵੱਲ ਦੇਖ ਕੇ ਆਸਾ ਮੂੰਹ ਖੁੱਲ੍ਹਣਾ ਚਾਹੀਦਾ ਦੂਸਰੇ ਬੰਦੇ ਦਾ, ਫਿਰ ਉਹ ਕਾਮੇਡੀ ਹੈ। ਬੜੀ ਗੱਲ,
ਬੜੀ ਬਿਲਕੁਲ ਮੈਂ ਕਿਹਾ ਤੂੰ ਵਾਲ ਇੰਚ ਇੰਚ ਦੇ ਰੱਖ ਔਰ ਮੈਂ ਕਟਵਾਏ ਨੇ ਉਹਦੇ ਵਾਲ ਇੰਚ ਇੰਚ ਦੇ ਔਰ ਉਸ ਤੋਂ ਬਾਅਦ ਉਹ ਮਾਸ਼ਾਅੱਲਾ ਫਿਰ ਡਰਾਮਿਆਂ 'ਚ ਵੀ ਨਹੀਂ ਫੜਿਆ ਗਿਆ ਫਿਰ ਉਹ ਚੈਨਲ ਵੀ ਕਰ ਰਿਹਾ ਜੀ ਐਨ ਐਨ ਫਿਰ ਉਸ ਤੋਂ ਬਾਅਦ ਮੇਰੇ ਚੈਨਲ 'ਤੇ ਵੀ ਕੰਮ ਕਰ ਰਿਹਾ ਵਾਹ ਵਾਹ ਠੀਕ ਹੈ ਕਿ ਬਿਲਕੁਲ ਠੀਕ ਹੈ ਅਤੇ ਲੇਕਿਨ ਹੁਣ ਤੋਂ ਨਿਖਾਰ ਬੜਾ ਕੰਮ 'ਚ ਪੈਦਾ ਹੋ ਗਿਆ ਔਰ ਸਿਰਫ ਇੱਕ ਆਵਾਜ਼ ਕੁਆਲਿਟੀ ਜਿਹੜੀ ਸੀ ਨਾ ਉਹ ਬੜੀ ਡਿਸਟਰਬ ਕਰਦੀ ਸੀ ਹੁਣ ਤਾਂ ਉਹ ਵੀ ਸੈੱਟ ਹੋ ਗਈ ਹੈ ਮਾਲਕ ਨੇ ਉਹਦਾ ਗੁਣਗਾਮ ਇੰਜਾ ਬਣਾਇਆ ਜਿਹਦਾ ਅੱਗੇ ਉਹਦੀ ਆਵਾਜ਼ ਨਹੀਂ ਸੀ ਜਾਂਦੀ ਹੁੰਦੀ ਅਤੇ ਅਸੀਂ ਪਰੇਸ਼ਾਨ ਹੋਣਾ ਸੀ ਕਿ ਯਾਰ ਆਖਰੀ ਸੀਟ ਤੱਕ ਇਹਦੀ ਆਵਾਜ਼ ਕਿੱਦਾਂ ਜਾਏਗੀ ਉਹ ਲੇਕਿਨ ਉਹ ਦੇਖਦੇ ਦੇਖਦੇ ਸੈੱਟ ਹੋ ਗਿਆ ਜਦੋਂ ਅੱਲਾ ਪਾਕ ਰਹਿਮਤ ਕਰਦਾ ਫਿਰ ਬੜਾ ਕੁਛ ਸੈੱਟ ਹੋ ਜਾਂਦਾ ਬਿਲਕੁਲ ਠੀਕ ਹੈ ਲੇਕਿਨ ਬਹੁਤ ਅੱਛਾ ਸੁਹੇਲ ਅਹਿਮਦ ਸਾਹਿਬ ਜਾਂ ਆਫਤਾਬ ਇਕਬਾਲ ਸਾਹਿਬ ਦੇਖੋ ਜੀ ਮੈਨੂੰ ਸੁਹੇਲ ਆਫਤਾਬ ਬਹੁਤ ਅੱਛੀ ਤਸਲੀਮ ਸਾਹਿਬ ਕਮਾਲ ਓਹੋ ਬਹੁਤ ਅੱਛੇ ਜੀ ਬਹੁਤ ਅੱਛੇ ਇਮਰਾਨ ਅਸ਼ਰਫ ਉਹਦੀ ਕੀ ਵਜ੍ਹਾ ਸਰ ਉਹ ਪਹਿਲਾਂ ਮੈਂ ਐਂਕਰ ਵੇਖਿਆ ਕਿ ਜਿਹਨੇ ਜਿਹੜਾ ਉਹਦਾ ਪ੍ਰੋਗਰਾਮ ਉਹ ਐਂਕਰ ਦੀ ਵਜ੍ਹਾ ਤੋਂ ਹਿੱਟ ਵਾਹ 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 ਮੈਂ ਆਪਣੀ ਕਮੇਡੀਅਨ ਦੀ ਵਜ੍ਹਾ ਤੋਂ ਨਹੀਂ ਕਿਸੇ ਦੀ ਵਜ੍ਹਾ ਤੋਂ ਨਹੀਂ ਉਹ ਇਮਰਾਨ ਅਸ਼ਰਫ ਦੀ ਵਜ੍ਹਾ ਤੋਂ ਹੀ ਉਹ ਪ੍ਰੋਗਰਾਮ ਹਿੱਟ ਬੱਲੇ ਬੱਲੇ ਕਿ ਉਸ ਪ੍ਰੋਗਰਾਮ ਨੂੰ ਉਹਨੇ ਬੰਦੇ ਨੇ ਇੱਥੇ ਲੈ ਆਉਂਦਾ ਆ ਕਿ ਉਹਨੂੰ ਉਹਨੂੰ ਜਦੋਂ ਬੋਲਦਾ ਜਾਂ ਗੁਫ਼ਤਗੂ ਕਰਦੇ ਨੇ ਤਾਂ ਬੰਦਾ ਚਾਹ ਛੱਡ ਕੇ ਥੱਲੇ ਲੱਗ ਕੇ ਉਹਨੂੰ ਦੇਖਣਾ ਸ਼ੁਰੂ ਹੋ ਜਾਂਦਾ ਉਹ ਐਸੇ ਐਂਕਰ ਹੋਏ ਨੇ ਕਿ ਵਾਹਾਂ ਤੋਂ ਮੇਰੀ ਲਿਸਟ 'ਚ ਉਹ ਐਂਕਰ ਹੋਏ ਨੇ ਕਿ ਜੇ ਐਂਕਰ ਦੀ ਵਜ੍ਹਾ ਤੋਂ ਪ੍ਰੋਗਰਾਮ ਹਿੱਟ ਹੈ ਬੱਲੇ 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 ਫਿਰ ਉਹਨੇ ਸਟਾਈਲ ਇੱਕ ਲਹਿਦਾ ਦਿੱਤਾ ਹੈ ਸਾਰੇ ਕੁਰਸੀ 'ਤੇ ਬਹਿ ਕੇ ਬਈ ਤੂੰ ਨਾ ਗੱਲ ਸੁਣ ਮੈਂ ਇਹ ਨਹੀਂ ਉਹਨਾਂ ਦਾ ਕੰਮ ਸੀ ਕਿ ਉਹ ਤੁਰ ਫਿਰ ਕੇ ਕੰਮ ਕਰ ਰਹੇ ਆ ਕੇ ਥੱਲੇ ਵੀ ਬਹਿ ਜਾਂਦੇ ਆ ਸਰ ਥੱਲੇ ਵੀ ਬਹਿ ਜਾਂਦੇ ਨੇ ਫਨਕਾਰ ਨੂੰ ਇੰਜ ਦਾ ਉਹ ਬੁਲਾਉਂਦੇ ਨੇ ਪ੍ਰੋਟੋਕੋਲ ਪਹਿਲਾਂ ਤਾਂ ਫਨਕਾਰ ਹੀ ਉੱਥੇ ਜਾ ਕੇ ਇੰਜ ਲੱਗਦਾ ਕਿ ਮੈਂ ਫਨਕਾਰ ਕਈ ਜਗ੍ਹਾ 'ਤੇ ਅਸੀਂ ਜਾ ਕੇ ਇੰਜ ਲੱਗਦੇ ਕਬਾੜੀਏ ਬੈਠੇ ਬੁਲਾ ਲੈਂਦੇ ਆਹੋ ਗੱਲ ਸਹੀ ਹੈ ਵੀ ਉਰਦੂ ਬੋਲ ਬੋਲ ਦੇਖੋ ਬੋਲਦਾ ਜੋ ਮੈਂ ਰਹਿਣਾ ਵੀ ਬੁਲਾ ਲੈਂਦੇ ਠੀਕ ਹੈ ਉਹਨਾਂ ਨੇ ਉਰਦੂ ਸੁਣ ਕੇ ਬੰਦਾ ਘਬਰਾ ਜਾਂਦਾ ਵੀ ਇਹ ਹੁਣ ਇਹ ਪਤਾ ਨਹੀਂ ਕੀ ਐਡ ਮਾਰੇ ਹੈ ਵਾਹ 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 ਉਹ ਤੁਹਾਨੂੰ ਪਤਾ ਉਹ ਅੱਧੀ ਦਾਤ ਤੇ ਬੁਲਾਉਣ 'ਚ ਦੇ ਦਿੰਦੇ ਬੰਦੇ ਇਮਰਾਨ ਸਾਹਿਬ ਨਾਲ ਮੁਲਾਕਾਤ ਹੈ ਮੁਲਾਕਾਤ ਨਹੀਂ ਮੈਂ ਦੇਖੇ ਵੀ ਨਹੀਂ ਹੈ ਅਤੇ ਸ਼ਗਫ ਮਤਲਬ ਕਰਨਾ ਚਾਹੁੰਦੇ ਹੋ ਤੁਸੀਂ ਮੁਲਾਕਾਤ ਕਿਉਂ ਨਹੀਂ ਕਰਨਾ ਚਾਹੁੰਦੇ ਯਾਰ ਐਸੇ ਕਾਬਲ ਆਦਮੀ ਨਾਲ ਕੰਮ ਕਰਨ ਦਾ ਵਾਹ ਕਿਆ ਬਾਤ ਹੈ ਜੀ ਇਮਰਾਨ ਸਾਹਿਬ ਅਗਰ ਤੁਸੀਂ ਸੁਣ ਰਹੇ ਹੋ ਤਸਲੀਮ ਸਾਹਿਬ ਨੇ ਬੜਾ ਕੰਪਲੀਮੈਂਟ ਤੁਹਾਨੂੰ ਦਿੱਤਾ ਹੈ ਅਤੇ ਅਗਰ ਤੁਹਾਡੀ ਮੁਲਾਕਾਤ ਹੋਵੇ ਕਿਤੇ ਟਾਈਮ ਬਣੇ ਤਾਂ ਲਾਜ਼ਮੀ ਤੁਸੀਂ ਮਿਲਣਾ ਕਿਉਂਕਿ ਤੁਹਾਡੀ ਬੌਂਡਿੰਗ ਬੜੀ ਅੱਛੀ ਬਣੀ ਤਸਲੀਮ ਸਾਹਿਬ ਤੁਹਾਡਾ ਬਹੁਤ 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 ਸ਼ੁਕਰੀਆ ਤੁਸੀਂ ਅੱਜ ਆਏ ਔਰ ਇੰਨਾ ਟਾਈਮ ਦਿੱਤਾ ਮੈਨੂੰ ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਤੁਹਾਡਾ ਮਸ਼ਹੂਰ ਹਾਂ ਤੁਸੀਂ ਚਾਰ ਚੰਦ ਲਾਏ ਸਾਡੇ ਸਟੂਡੀਓ ਆਏ ਤੁਸੀਂ ਔਰ ਸਟੂਡੀਓ ਦੀ ਬਰਕਤ ਨੂੰ ਵਧਾਇਆ ਥੈਂਕ ਯੂ ਵੈਰੀ ਮੱਚ ਔਰ ਤੁਹਾਡਾ ਜਿਹੜੇ ਵੀ ਲੋਕ ਪਿਆਰ ਕਰਦੇ ਨੇ ਮੈਂ ਰਿਕੁਐਸਟ ਕਰਾਂਗਾ ਜ਼ਰਾ ਆਪਣੇ ਫੈਨਸ ਨੂੰ ਇਹ ਵੀ ਕਹਿ ਦਿਓ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨ ਦੀ ਜੀ ਦੋਸਤੋ ਮੇਰੇ ਭਰਾਓ ਹਨਾਨ ਬੁਖਾਰੀ ਬੜਾ ਪਿਆਰਾ ਇਹ ਤੋਂ ਹਟ ਕੇ ਬੜਾ ਅੱਛਾ ਇਨਸਾਨ ਹੋ ਵੱਡੇ ਦਰਫਤਾਰ ਵੀ ਬੜਾ ਪਿਆਰਾ ਹੈ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਇਨਸ਼ਾਅੱਲਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਗਾਹੇ ਬਗਾਹੇ ਬਹੁਤ ਜਲਦੀ ਤੋਂ ਜਲਦੀ ਆਇਆ ਕਰਾਂਗਾ ਔਰ ਮੈਂ ਜ਼ਰੂਰ ਤੁਹਾਡੀ ਅੱਧਾ ਘੰਟਾ ਡਿਊਟੀ ਕਰਿਆ ਕਰਾਂਗਾ ਲੇਕਿਨ ਇੱਕ ਸ਼ਰਤ ਇਹ ਹੈ ਕਿ ਇਹ ਮੇਰਾ ਭਰਾ ਹੈ ਛੋਟਾ ਔਰ ਯਾਰ ਵੀ ਹੈ ਇਹਦੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਲੋਕਾਂ ਅੱਗੇ ਜ਼ਿਕਰ ਕਰੋ ਅਤੇ ਇਨਸ਼ਾਅੱਲਾ ਮੈਂ ਤੁਹਾਨੂੰ ਨਵਾਂ ਕੰਮ ਦਿਆ ਕਰਾਂਗਾ ਮੇਰਾ ਤੁਹਾਡੇ ਨਾਲ ਵਾਅਦਾ ਹੈ ਲੇਕਿਨ ਇਹ ਹੈ ਕਿ ਹੁਣ ਉੱਠਣ ਤੋਂ ਬਾਅਦ
ਕੰਮ ਤੋਂ ਕੰਮ ਨਹੀਂ ਤੇ ਕੋਈ 2-4 ਹਜ਼ਾਰ ਸਬਸਕ੍ਰਾਈਬਰ ਵਧਣਾ ਚਾਹੀਦਾ। ਹਾਏ ਵਾਹ ਵਾਹ ਵਾਹ, ਤਸਲੀਮ ਸਾਹਿਬ ਥੈਂਕ ਯੂ ਵੈਰੀ ਮੱਚ ਸਰ। ਇਹ ਬਹੁਤ ਵੱਡੀ ਗੱਲ ਕੀਤੀ ਉਹਨਾਂ ਨੇ, ਦੇਖੋ ਵੀ ਮੈਨੂੰ ਦਾਤ ਦੇਣ ਦਾ ਤਰੀਕਾ ਉਹਨਾਂ ਦਾ, ਦੇਖੋ ਵੀ ਉਹ ਕਹਿ ਰਹੇ ਮੈਂ ਆਇਆ ਕਰਾਂਗਾ ਇੱਥੇ। ਨਹੀਂ ਨਹੀਂ ਉਹ ਮੈਂ ਇਹਨਾਂ ਦੇ ਇੰਨੇ ਜ਼ਿਆਦਾ ਫੈਨਸ ਨੇ ਇਹਨਾਂ ਨੂੰ ਇੱਥੇ ਆਉਣ ਦਾ, ਹਾਲਾਂਕਿ ਕੋਈ ਫਰਕ ਨਹੀਂ ਪੈਣਾ, ਲੇਕਿਨ ਫਿਰ ਵੀ ਉਹਨਾਂ ਦਾ ਬੜੱਪਣ ਦੇਖੋ, ਉਹ ਕਹਿ ਰਹੇ ਆ ਵੀ ਮੈਂ ਇੱਥੇ ਆਇਆ ਕਰਾਂਗਾ। ਥੈਂਕ ਯੂ ਵੈਰੀ ਮੱਚ ਤਸਲੀਮ ਸਾਹਿਬ, ਥੈਂਕ ਯੂ, ਤੁਹਾਡੇ ਬੜੱਪਣ ਦਾ ਬਹੁਤ ਸ਼ੁਕਰੀਆ। ਅਤੇ ਨਾਜ਼ਰੀਨ ਇਜਾਜ਼ਤ ਚਾਹਵਾਂਗੇ, ਇਨਸ਼ਾਅੱਲਾ ਫਿਰ ਹੋਏਗੀ ਤੁਹਾਡੇ ਨਾਲ ਮੁਲਾਕਾਤ। ਅੱਲਾ ਹਾਫਿਜ਼।